जी सत श्रीकाल जी, बिरक फार्म के दूजे पार्ट के सारे का स्वागत है जी। तो हुण आपां गल करदे हां, देखो ये पालन का बहुत वधिया सिस्टम लग्या मैनू। इधर जिहड़ियां झोटियां गब्बन हो जांदियां जां कट्टियां वड्डियां हो जांदियां ते गब्बन के करीब होंदियां, फिर उधर इन्हां नूं इधर इन्हां दी एंट्री वज जांदी है। थोड़ियां जिहियां डरदियां, बिरक तूं मूहरे जा, कई वारी मैं थोड़ा डर के निकल आवां, भज भुज लैंदियां। ये देख सकते हैं तुसीं, ये कट्टी कड़े दी है बिरक 1470 दास। ते कड़ी मज दी है, अर्जन वाली दी है? नहीं, ये बली दी झोटी है अपने कोल, ओदी है जिहड़ी बेचती, जिहड़ी बेचती है बद्दनी वाले बली दी। हां, बद्दनी वाले बली दी, ठीक है। ते उने भी दुध सत चंगा कटया जी, बद्दनी वाली बली ने उने किन्ना दुध कटया जमा सही तुहाडे घरे? बहुत चंगा दुध बई, बली दे मेरे कोल दो झोटियां सीगियां। हां जी, दोवां ने बहुत चंगा दुध कढ्या, ਆਪ ਛੱਡਣੀਆਂ ਪੈਂਦੀਆਂ ਸੀ, ਭੱਜਣ ਵਾਲੀ ਤਾਂ ਗੱਲ ਹੀ ਨਹੀਂ ਹੈਗੀ ਸੀ ਬਲੀ ਦੀਆਂ ਝੋਟੀ। ਪਹਿਲੇ ਸੂਏ ਕਿੰਨਾ ਦਿੱਤਾ ਸੀ? ਪਹਿਲੇ ਸੂਏ ਉਦੋਂ ਉਹ ਕੱਚੀ ਸੂਪੀ ਸੀਗੀ, ਕਹਿੰਦਾ ਮਤਲਬ ਸਿੰਘ ਟੁੱਟ ਗਿਆ ਸੀ ਉਹਦਾ ਸੂਣ। 25 ਦਿਨ ਪਹਿਲਾਂ ਸੂਈ ਸੀ ਹੈ ਨਾ? 25 ਦਿਨ ਪਹਿਲਾਂ ਸੂਪੀ ਸੀ ਉਹ, ਅਤੇ ਦਿਨ ਪੂਰੇ ਹੋਣ ਤੋਂ। ਅੱਛਾ ਜੀ, ਠੀਕ ਹੈ। ਉਹਦੇ ਕਰਕੇ ਫਿਰ ਜੇਰ ਜੂਰ ਦੀ ਵੀ ਦਿੱਕਤ ਆਈ ਸਾਰਾ ਕੁਛ, ਠੀਕ ਹੈ। ਫਿਰ ਵੀ ਆਪਣੇ ਕੋਲੋਂ ਕੱਢ ਗਈ ਸੀ 14 ਕਿਲੋ, 13.5-14 ਕਿਲੋ ਦੇ ਕਰੀਬ ਦੁੱਧ। ਦੁੱਧ ਇੰਨੀ ਬਿਮਾਰ ਹੋ ਗਏ, 25 ਦਿਨ ਪਹਿਲਾਂ ਸੂਈ ਹੈ ਨਾ? 25 ਦਿਨ ਪਹਿਲਾਂ ਸੂਕੇ, ਠੀਕ ਹੈ। ਅਤੇ ਜਿਹੜੀ ਬਿਰਕ ਇਹ ਆ ਗਈ, ਇਹ ਵੀ ਮੈਨੂੰ ਢੁੱਡੀ ਗਲੀ ਲੈਣ ਦੀ ਲੱਗਦੀ ਹੈ। ਹਾਂ ਹਾਂ, ਉਸੇ ਲਾਈਨ 'ਚੋਂ ਹੀ ਇਹ ਆ। ਇਹ ਸੁਣਨ ਵਾਲੀ ਬਸਤੀ ਦਾ ਬੁੱਲ ਸੀ, ਉਹ ਤੋਂ ਕ੍ਰੋਸ ਕਰਵਾਈ ਸੀ। ਓਕੇ, ਇਹ ਉਹਦੀ ਧੀ ਹੈ, ਇਹ ਉਹਦੀ ਧੀ ਆ, ਬਹੁਤ ਜ਼ਿਆਦਾ ਸੋਹਣੀ। ਅਤੇ ਆਹ ਕੱਟੀ ਬਹੁਤ ਪਿਆਰੀ ਹੈ ਯਾਰ, ਇਹ ਹੈਗੀ ਆ ਟੈਂਕ ਬੁੱਲ ਦੀ। ਅੱਛਾ, ਇਹ ਟੈਂਕ ਬੁੱਲ ਦੀ ਹੈ? ਹਾਂ ਹਾਂ ਹਾਂ, ਜਿਹੜਾ ਕੋਰ ਸਿੰਘ ਵਾਲੇ ਸੀਗਾ ਟੈਂਕ ਬੁੱਲ। ਅਤੇ ਬਾਈ ਇੱਕ ਚੀਜ਼ ਹੋਰ ਦੱਸੋ, ਜੱਗਾ ਲੈ ਗਿਆ ਭਲਾਈਪੁਰ ਵਾਲਾ, ਉਹਦੀ ਧੀ ਹੈ ਇਹ, ਉਹਦੀ ਧੀ ਹੈ। ਇੱਕ ਚੀਜ਼ ਹੋਰ ਦੇਖੋ, 570 ਜਿਹੜਾ ਆਹ ਤੁਸੀਂ ਇਹਨੂੰ ਕੀ ਕਹਿੰਦੇ ਹੁੰਦੇ ਆ, ਜਿਹੜਾ ਲੌਂਕ ਦਾ ਬਾਹੂ ਕਹਿੰਦੇ ਹੁੰਦੇ ਇਹਨੂੰ? ਹਾਂ ਹਾਂ, ਠੀਕ ਹੈ, ਸਾਡੇ ਵੀ ਉਹ ਬਾਹੂ ਕਹਿੰਦੇ, ਮੈਂ ਕੀ ਆ ਕੋਈ ਫਰਕ ਹੋਵੇ, ਤੁਸੀਂ ਹੋਰ ਕੁਛ ਕਹਿੰਦੇ ਹੋ। ਇਹ ਜਿਹੜੇ ਨੀਲੀ ਰਾਵੀ ਦੇ ਬਾਹੂ ਵੱਡੇ ਹੁੰਦੇ ਆ ਨਾ, ਅਤੇ ਬਿਰਕ ਇਹਦੇ 'ਚੋਂ ਗੱਬਣ ਕਿਹੜੀਆਂ? ਇਹ ਝੋਟੀਆਂ ਗੱਬਣ ਆ ਤਿੰਨੇ ਵੱਡੀਆਂ? ਬਈ ਇਹ ਹਜੇ ਨਹੀਂ ਹੋਏ ਗੱਬਣ। ਅੱਛਾ ਜੀ, ਟੈਂਕ ਵਾਲੀ ਗੱਬਣ ਆ। ਅੱਛਾ, ਇਹ ਰਹਿ ਗਏ ਹੋਣਗੇ ਤਕਰੀਬਨ 2 ਕੁ ਮਹੀਨਿਆਂ ਦੇ ਕਰੀਬ ਸਮਾਂ ਹੋਊਗਾ ਇਹਦਾ, ਬਾਕੀ ਕਾਪੀ ਦੇਖ ਕੇ ਪਤਾ ਲੱਗ ਜੂ। ਠੀਕ ਹੈ, 2.25 ਮਹੀਨੇ ਰਹਿੰਦੇ ਹੋਣਗੇ ਇਹਦੇ, ਬਿਰਕ 570 ਤੋਂ ਗੱਬਣ। ਬਾਕੀ ਤਿਆਰ ਬਹੁਤ ਹੋਈ ਜਾਂਦੀ ਆ, ਮੈਂ ਮਗਰ ਤਾਂ ਨਹੀਂ ਜਾਂਦਾ ਜੀ, ਕਿਉਂਕਿ ਇਹ ਭੱਜਦੀ ਆ, ਭੱਜ ਕੇ ਕਈ ਵਾਰੀ ਤਿਲਕ ਜੇ ਨਾ ਜਾਨਵਰ ਤਾਂ ਔਖਾ ਹੋ ਜਾਂਦਾ। ਅੱਛਾ, ਅਤੇ ਇਹ ਕਿੰਨੇ ਟਾਈਮ ਦੀ ਹੋ ਗਈ ਇਹ ਟੈਂਕ ਵਾਲੀ? ਇਹ ਬਈ ਆਪਾਂ ਗੱਬਣ ਲੇਟ ਕਰਵਾਈ ਸੀ ਪਹਿਲਾਂ, ਬੁੱਲ ਦੇ ਚੱਕਰ 'ਚ ਕੀ ਸੀਮਨ ਲੈਣ ਵਾਸਤੇ। ਅੱਛਾ, ਉਹ ਹੈ ਉਹ ਜਿਹੜੀ ਆਪਾਂ ਝੋਟੇ ਨਾਲ ਲੱਗ ਗਏ ਸੀ? ਓਕੇ ਓਕੇ, ਠੀਕ ਹੈ ਜੀ। ਅਤੇ ਇਹ ਇਹ ਕਿੰਨੀ ਟਾਈਮ ਦੀ ਹੋ ਗਈ? ਇਹ ਵੀ ਹੋਊਗੀ ਤਕਰੀਬਨ 2 ਸਾਲ ਦੀ, 2.25-2 ਸਾਲ ਦੀ ਹੋਊਗੀ ਇਹ ਵੀ, 2.25-2 ਸਾਲ ਦੀ ਹੋਊਗੀ। ਅਤੇ ਜਿਹੜੀ ਇਹ ਹੈ 1470 ਵਾਲੀ, ਇਹ ਹਜੇ ਹੋਊਗੀ 2 ਸਾਲ ਦੀ ਹੋਊਗੀ, ਅਤੇ ਇਹਦੇ ਸੀਮਨ ਲੱਗਾ ਹੋਇਆ ਨਾਗ ਦਾ, LDF ਦਾ। ਅੱਛਾ, ਨਾਗ ਦਾ, ਤਕਰੀਬਨ ਚੈੱਕ ਪਾਸ ਹੋਈ ਲਾਸਮੀ ਡੈਰੀ ਫਾਰਮ ਦਾ। ਹਾਂ, ਪਰ ਇਹਨੇ ਕੋਈ ਉਸ ਤੋਂ ਬਾਅਦ ਤਾਰ ਨਹੀਂ ਦਿੱਤੀ, ਕੰਸੀਵ ਹੋਊਗੀ ਇਹ ਝੋਟੀ। ਇਹ ਜਿਹੜਾ ਨਾਗ ਵਾਲਾ ਲਾਸਮੀ ਡੈਰੀ ਫਾਰਮ ਦਾ ਅਤੇ ਕੋਹੇਨੂਰ, ਇਹ ਤੋਂ ਵੀ ਲੋਕਾਂ ਨੂੰ ਬੜੀਆਂ ਆਸਾਂ, ਬੜੀਆਂ ਉਮੀਦਾਂ, ਬਹੁਤ ਵੱਡੀਆਂ ਉਮੀਦਾਂ, ਅਤੇ ਸਾਨੂੰ ਵੀ ਉਮੀਦਾਂ ਵੀ ਜਿਹੜਾ ਨਾਗ ਬੋਲ ਹੈ ਵੀ ਚੰਗਾ ਦੁੱਧ ਕੱਢਣ ਵਾਲਿਆਂ ਦੇ ਵਿੱਚੋਂ ਗਿਣਿਆ ਜਾਣਾ ਹੋਵੇ ਇੱਕ ਦਿਨ, ਵੀ ਸਾਰਿਆਂ ਤੋਂ ਜ਼ਿਆਦਾ ਸੋਹਣੀਆਂ ਝੋਟੀਆਂ ਪੈਦਾ ਕਰਨ ਵਾਲਾ, ਕੱਟੀਆਂ ਚੰਗੇ ਦੁੱਧ ਵਾਲੀਆਂ। ਆਹ ਵੀ ਕੱਟੀ ਬੜੀ ਪਿਆਰੀ ਹੈ, ਇਹ ਕਿਹੜੀ ਦੀ ਹੈ? ਇਹ ਬਈ CIRB ਦੇ ਬੋਲਦੀ ਆ, 4705 ਨੰਬਰ ਦੀ। 4705 ਨੰਬਰ ਦੀ CIRB ਹਰਿਆਣੇ ਦਾ ਕਿ ਆਪਣੇ ਪੰਜਾਬ ਵਾਲਾ? ਹਰਿਆਣੇ ਦਾ। ਤੇ ਇਹ ਕਿਹੜੀ ਦੀ ਹੈ ਬਈ? ਇਹ ਆਪਣੀ ਵੱਡੀ ਮਾਚੋ ਜਿਹਦਾ 24 ਕਿਲੋ 700 ਗ੍ਰਾਮ ਦਾ ਰਿਕਾਰਡ ਹੈ। ਤੇ M29 ਵਾਲੀ ਵੀ ਉਸੇ ਚੀਜ਼ ਸੀ? M29 ਵਾਲੀ ਵੀ ਉਸੇ ਚੀਜ਼, ਕਿਉਂਕਿ ਇਹ ਮੈਂ ਤਾਂ ਪੁੱਛਿਆ ਇਹਦੀ ਸ਼ਕਲ ਤਾਂ ਉਹਨਾਂ ਦੀ ਇੱਕੋ ਜਿਹੀ। M29 ਵਾਲੀ ਹੈਗੀ ਆ, ਉਹਦੀ ਧੀ ਦੀ ਗਾਂਧੀ ਆ। ਅਬੀ ਰਵਾ ਕੀ ਆ ਗਿਆ? ਰਵਾ ਇੱਕੋ ਆ। ਹਾਂ, ਇਹਨਾਂ ਦੀ ਮੂੰਹ ਤੇ ਸਿੰਗਾਂ ਦੀ ਨਾ ਜਿਹੜੀ ਬਨਾਵਟ ਆ ਉਹ ਬਿਲਕੁਲ ਸੇਮ ਹੈ। ਆਹ ਦੇਖੋ ਜੀ, ਜਿਹੜੀ ਮੋਹਰਾ ਹੈ, ਇੱਕ ਚੀਜ਼ ਹੋਰ ਵੀ ਨੋਟ ਕਰਾਉਣਾ, ਜਿਹੜਾ ਮੋਹਰਾ ਦਾ ਬਾਜੂ ਹੈ, ਆਹ ਬਾਹੂ, ਸੋਰੀ, ਜਿਹੜਾ ਬਾਹੂ ਹੈ ਨਾ ਇਹਦਾ ਛੋਟਾ ਹੁੰਦਾ, ਬਿਲਕੁਲ ਧੁੰਨੀ ਹੁੰਦੀ ਨਹੀਂ, ਤੁਸੀਂ ਧੁੰਨੀ ਕੰਨੀ ਵੀ ਦੇਖ ਸਕਦੇ ਹਾਂ ਜੀ। ਬਹਿ ਕੇ ਆਪਾਂ ਤੁਹਾਨੂੰ ਚਾਚਨ ਗੌਰ ਨਾਲ ਦਿਖਾਉਣਾ ਤੁਹਾਨੂੰ ਇੱਕ ਮੋਹਰਾ ਦੀ ਹੋਰ ਪਹਿਚਾਣ, ਵੀ ਜਿਹੜੀ ਇਹ ਆਦੇ ਇਹਦੀ ਧੁੰਨੀ ਬਿਲਕੁਲ ਹੈ ਨਹੀਂ, ਠੀਕ ਹੈ। ਵੀ ਧੁੰਨੀ ਦਾ ਇੱਕ ਨਾਮ ਹੁੰਦਾ, ਜਿੰਨੀ ਇਹ ਧੁੰਨੀ ਜੇ ਵੱਧ ਲੌਂਕੂਗੀ ਉਹਦੇ ਕਰੈਕਟਰ ਕੁਛ ਘੱਟ ਜਾਂਦੇ ਹੁੰਦੇ ਆ ਮੋਹਰੇ 'ਚ, ਮੋਹਰਾ 'ਚ ਉਹ ਬਰੀਡ 'ਚੋਂ ਬਾਹਰ ਹੋ ਸਕਦੀ ਹੈ ਕੰਪੀਟੀਸ਼ਨਾਂ ਦੇ, ਯਾਨੀ ਕਿ ਇਹ ਹੁੰਦੀ ਆ ਮੋਹਰਾ ਦੀ। ਅਤੇ ਜਿਹੜੀ ਨੀਲੀ ਰਾਵੀ ਦੀ ਪਹਿਚਾਣ ਹੈ, ਨੀਲੀ ਰਾਵੀ ਤੁਸੀਂ ਦੇਖੋ, ਜਿਹੜਾ ਇਹਦਾ ਬਾਹੂ ਹੈ ਇਹ ਵੀ ਵੱਡਾ ਹੋਊਗਾ, ਅਤੇ ਜਿਹੜੀ ਉਹਦੇ ਮੂਹਰੇ ਝਾਲਰ ਬਣੀ ਵੀ ਹੈ ਤਾਂ ਐਂਡ ਤੱਕ ਬਾਹੂ ਦੇ ਉਹ ਝਾਲਰ ਵੀ ਜਾਊ, ਅਤੇ ਇਹਨਾਂ ਦੀ ਧੁੰਨੀ ਵੀ ਵੱਡੀ ਆ ਜਾਂਦੀ ਹੈ। ਚੱਲ ਜੇ ਕਈ ਵਾਰੀ ਨਹੀਂ ਵੀ ਵੱਡੀ ਹੁੰਦੀ ਤਾਂ ਕੋਈ ਖਾਸ ਨਹੀਂ, ਤਾਂ ਜਾਣੀ ਕਿ ਇਹਨਾਂ ਦਾ ਬਾਹੂ ਮੇਨ ਇਹਨਾਂ ਦੀ ਵੱਡੀ ਆਉਂਦੀ ਹੈ, ਇਹਦੀ ਝਾਲਰ ਜਿਹੜੀ ਇਹ ਵੱਡੀ ਹੁੰਦੀ ਹੈ। ਜਿਹੜੀ ਮੋਹਰਾ ਦੇ ਵਿੱਚ ਹੈ ਇਹ ਥੋੜ੍ਹੀ ਜੀ ਛੋਟੀ ਮਿਲੂਗੀ ਤੁਹਾਨੂੰ, ਅਤੇ ਧੁੰਨੀ ਚੜੀ ਜਿਵੇਂ ਅੱਗੇ ਨਗੌਰੀ ਬਲਦਾਂ ਨੂੰ ਨਹੀਂ ਕਹਿੰਦੇ ਹੁੰਦੇ ਚੜੀ ਮੂਤਰੀ ਦਾ, ਅਤੇ ਉਵੇਂ ਜੇਕਰ ਹੈ।
ਤਾਂ ਹੁਣ ਇਹ ਦੂਆ ਦਾ ਆਪਾਂ ਤੁਹਾਨੂੰ ਦਿਖਾਉਣੇ ਆ ਛੋਟੀਆਂ ਕੱਟੀਆਂ। ਹਾਂਜੀ ਆਪਾਂ ਹੁਣ ਆ ਜਾਓ ਕਰਦੇ ਹਾਂ ਬਿਰਕ ਨਾਲ ਗੱਲਬਾਤ ਕੱਟੀਆਂ ਬਾਰੇ ਵੀ ਸਾਰੀ ਆਪਾਂ ਡਿਟੇਲ 'ਚ ਪੁੱਛਦੇ ਰਹਿੰਦੇ ਹਾਂ ਅਤੇ ਜਿਹੜੀ ਕੋਈ ਕੱਟੀ ਸੇਲ ਬਾਰੇ ਹੋਊਗੀ ਉਹ ਵੀ ਆਪਾਂ ਜ਼ਰੂਰ ਪੁੱਛਾਂਗੇ। ਅਤੇ ਬਿਰਕ ਆਹ ਕੱਟੀ ਬੜੀ ਪਿਆਰੀ ਆ ਯਾਰ, ਇਹ ਕਿਹੜੇ ਬੁੱਲ ਦੀ ਆ? ਬੂਟੇ ਵਾਲੇ ਸਾਂਹ ਦੀ ਹੈਗੀ। ਅਤੇ ਮਾਂ ਕਿਹੜੀ ਹੈ ਇਹਦੀ? ਗਰੇਡਡ ਹੈ। ਕਿੰਨਾ ਦੁੱਧ ਦਿੰਦੀ ਗਰੇਡਡ ਆ ਆਪਣੀ? 23.5 ਲੀਟਰ ਦਾ ਰਿਕਾਰਡ ਹੈ ਜਿਹੜੀ ਇਹ ਕੱਟੀ ਹੈ। ਇਹ ਸੇਲ ਕਰਨੀ ਆ? ਆਹੋ ਠੀਕ ਆ, ਉਹ ਫਿਰ ਨਸਲ ਦੇ ਤਾਂ ਤੁਹਾਨੂੰ ਪਤਾ ਪੈਸੇ ਲੱਗਦੇ ਹੀ ਆ, ਇਹ ਤਾਂ ਗੱਲ ਹੈਗੀ ਆ ਨਾ। ਅਤੇ ਇਹਦੀ ਉਮਰ ਕਿੰਨੀ ਹੋ ਗਈ ਬਿਰਕ? ਬੜਾ ਪਿਆਰਾ ਮਾਰਕਾ ਯਾਰ, ਪ੍ਰੋਪਰ ਮਾਰਕਾ। 8 ਕੁ ਮਹੀਨੇ ਦੀ ਉਮਰ ਹੈ ਕੱਟੀ ਦੀ। ਅਤੇ ਆ ਜਾ ਫਿਰ ਉਦੋਂ ਬਾਅਦ ਆਹ ਖੜੀ ਹੈ, ਇਹ ਕਿਹੜੇ ਬੋਲਦੀ ਹੈ ਬਈ? ਅੱਛਾ ਨਾਗ ਜਿਹੜਾ ਸਰਕਾਰੀ ਹੈ, ਚੰਗਾ ਮੰਨਿਆ ਗਿਆ ਨਾਗ ਵੀ ਦੁੱਧ ਲੈਣ ਦੇ ਵਿੱਚ। ਅੱਛਾ ਇਹ ਨਾਗ ਬੋਲਦੀ ਹੋਊਗੀ। ਇਹਦੀ ਉਮਰ ਕਿੰਨੀ ਹੋ ਗਈ? ਇਹਦੀ ਬਸ ਉਦੋਂ 1 ਮਹੀਨਾ ਕੁ ਵੱਡੀ ਹੋਊਗੀ। ਅਤੇ ਇਹ ਕਿਹੜੀ ਦੀ ਹੈ ਕੱਟੀ? ਇਹ ਆਪਣੀ ਨਿਰਮਾਲੀ ਝੋਟੀ ਆ, ਉਸੇ ਮਹੀ ਦੇ ਰਵੇ ਚੋਂ ਹੀ ਇਹ ਆ, ਗ੍ਰੇਡਡ ਦੇ ਰਵੇ ਚੋਂ। ਗ੍ਰੇਡਡ ਦੇ ਰਵੇ ਚੋਂ ਨਿਰਮਾਲੀ ਦੇ ਵਿੱਚ ਹੀ ਨਿਰਮਾ ਦੀ ਕੱਟੀ, ਨਿਰਮਾਲੀ ਕੱਟੀ ਹੋਈ ਨਾਗ ਦੀ ਕੱਟੀ ਆਈ ਆ। ਠੀਕ ਆ। ਅਤੇ ਇਹਦਾ ਉਹ ਕਿੰਨਾ ਇਹ ਉਮਰ ਕਿੰਨੀ ਸੀ? 7-8 ਮਹੀਨੇ? ਇਹਦੀ 9-10 ਮਹੀਨੇ ਹੋਊਗੀ। 9-10 ਮਹੀਨੇ ਹੋ ਗਈ, ਠੀਕ ਹੈ। ਅਤੇ ਮਾਂ ਦਾ ਦੁੱਧ ਕਿੰਨਾ ਸੀ ਇਹਦਾ? ਇਹਦੀ ਮਾਂ ਨੇ ਪਹਿਲਾਂ ਲਿਆ ਦਿੱਤਾ ਬਈ 14 ਕਿਲੋ ਦਾ। ਇਹ ਵੀ ਸੇਲ ਦੀ ਵਿਚਾਰ ਆ ਕਿ ਨਹੀਂ? ਵੀ ਆਹੋ ਤੂੰ ਕਹਿੰਦਾ ਸੀ ਨਾ ਵੀ 1-2 ਕੱਟੀਆਂ ਵੇਚਾਂਗੇ ਆਪਾਂ, ਜਿਹੜੀ ਵੀ ਆਏ ਵੀ ਚੱਲ ਆਹੋ ਵੀ ਨਾਲੇ ਛੋਟੀਆਂ, ਫਿਰ ਛੋਟੀਆਂ ਦੇ ਸਮਾਈ ਉਹ ਨਹੀਂ, ਫਿਰ ਹੋ ਕੇ ਮੁੜ ਕੇ ਵੇਚਣ ਨੂੰ ਦਿਲ ਨਹੀਂ ਕਰਦਾ। ਠੀਕ ਆ ਜੀ। ਆਹ ਲਓ ਜੀ ਵੀਰੇ, ਜਿਹੜਾ ਭਰਾ ਚਾਹਵਾਨ ਹੋਇਆ ਨੀਲੀ ਰਾਵੀ ਦਾ ਚੰਗੀ ਬਲੱਡ ਲੈਣ ਦਾ, ਚੰਗੇ ਸਾਨਾਂ ਦੀਆਂ ਚੰਗੀਆਂ, ਇਹਨਾਂ ਦੇ ਮਾਮਾ ਦਾ ਰਿਕਾਰਡ ਆ ਵਧੀਆ ਚੰਗਾ, ਠੀਕ ਹੈ। 20 ਲੀਟਰ ਤੋਂ ਉੱਤੇ ਵਾਲੀਆਂ, 30-30 ਲੀਟਰ ਤੱਕ ਦੇ ਰਿਕਾਰਡ ਹੈਗੇ ਆ ਮੱਝਾਂ ਦੇ, ਅਤੇ ਉਹਨਾਂ ਦੀਆਂ ਇਹ ਕੱਟੀਆਂ। ਜੇ ਕਿਸੇ ਵੀਰ ਨੇ ਇਹ ਕੱਟੀਆਂ ਬਾਰੇ ਗੱਲ ਕਰਨੀ ਹੋਵੇ, ਲੈਣੀ ਹੋਵੇ, ਤਾਂ ਹਰਿੰਦਰ ਨੰਬਰ ਦੱਸੀ ਤੇਰੇ ਨਾਲ? ਮੇਰਾ 98766 84046 86046 ਇਹ ਨੰਬਰ ਹੈ ਜੀ ਹਰਿੰਦਰ ਬਿਰਕ ਦਾ। ਤਾਂ ਬਿਰਕ ਇਹ ਕੱਟੀ ਆ ਗਈ, ਇਹ ਕਿਹੜੀ ਦੀ ਆ ਗਈ ਬਾਈ? ਇਹ ਆਪਣੇ ਵਾਲੇ ਸਾਂਝ ਦੀ ਆ ਗਈ ਜੀ, ਇਹਦੀ ਜਿਹੜੀ ਦੀ ਆਪਣੇ ਵੀ ਘਰੇ ਉੱਥੇ ਗ੍ਰੇਡਡ ਦੇ ਮਗਰ ਕੱਟਰੀ ਆ ਜਿਹੜੀ ਮੇਲਿਆਂ 'ਤੇ ਜਾਂਦੀ ਹੁੰਦੀ ਹੈ ਉਹਦੇ ਮਗਰ। ਬਾਕੀ ਯਾਰ ਸਾਂ ਵੀ ਬਹੁਤ ਜ਼ਿਆਦਾ ਪਿਆਰਾ ਯਾਰ, ਕਹਿਣ ਨੂੰ ਕੁਛ ਮਾਰ ਜੇ, ਚਾਰੇ ਪਾਸੋਂ ਪ੍ਰੋਪਰ ਯਾਰ, ਸਰੀਰਕ ਨਿਯਮ, ਛੋਟੀ ਗੋਡੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਪ੍ਰੋਪਰ, ਬਿਲਕੁਲ ਕੱਟੀ ਦੇ ਬੜੇ ਸੋਹਣੇ। ਦੇਖੋ ਜੀ ਬਿਰਕ ਸਾਂ ਦੀ ਇਹ ਬਿਰਕ 577 ਦੀ, ਤਾਂ ਤੁਸੀਂ ਦੇਖ ਸਕਦੇ ਹਾਂ ਪ੍ਰੋਪਰ ਮਾਰ ਕੇ, ਬਹੁਤ ਪਿਆਰਾ ਹੈ ਨਾ ਮਾਰਕ ਆ ਗਿਆ ਇਹਦਾ ਵੀ। ਅਤੇ ਉਦੋਂ ਬਾਅਦ ਆ ਜਾਓ ਇਹ ਜਿਹੜੀ ਕੱਟੀ ਹੈ ਕਿਹੜੀ ਦੀ ਹੈ? P288 ਦੀ ਕੱਟੀ ਹੈ। ਅਤੇ ਮੱਝ ਕਿਹੜੀ ਸੀ ਇਹਦੇ ਨਾਲ? ਇਹ ਮੱਝ ਇਹਦੀ ਮਾਂ ਹੈਗੀ 70-75 ਦੀ, ਆਪਣੀ ਵੱਡੀ ਮੱਝ ਦੀ ਲਾਈਨ 'ਚੋਂ ਹੀ ਆ ਗਈ। ਅੱਛਾ ਵੱਡੀ ਮੱਝ ਦੀ ਲਾਈਨ 'ਚੋਂ ਆ ਗਈ 70-75 ਵਾਲੀ। ਇਹ ਵੀ ਕੱਟੀ 7-8 ਮਹੀਨੇ ਵਾਲੀ ਪੂਰੀ ਹੈ? ਠੀਕ ਹੈ ਜੀ। ਅਤੇ ਇਹ ਕੱਟੀ ਇਹ ਵੀ P288 ਦੀ ਹੈ, ਇਹ M29 ਵਾਲੀ ਦੀ ਹੈ, ਇਹ M29 ਵਾਲੀ ਝੋਟੀ ਦੀ ਹੈ, ਵੱਡੀ ਮੱਝ ਦੀ ਲਾਈਨ 'ਚੋਂ ਆ ਗਈ, ਇਹ ਵੀ ਵੱਡੀ ਮੱਝ ਦੀ ਲਾਈਨ ਦੇ ਵਿੱਚੋਂ। ਠੀਕ ਹੈ ਜੀ। ਅਤੇ ਇਹਦਾ ਥੋੜ੍ਹਾ ਜਿਹਾ ਮਾਰਕਾ ਵੱਧ ਚਿੱਟਾ ਆਇਆ ਵਾ ਨਾ? ਇਹ ਬਾਈ 113 ਨੰਬਰ ਦੀ ਹੈ, ਇਹ CIRB 113 ਨੰਬਰ CIRB। ਠੀਕ ਹੈ ਜੀ। ਇਹ ਕੱਟੀ ਆ ਗਈ ਨੀਲੀ ਰਾਵੀ ਦੇ ਵਿੱਚ। ਅਤੇ ਹੁਣ ਇੱਕ ਕੱਟੀ ਆ ਗਈ ਆ ਸੀਗੀ ਬਰਕਾ, ਇੱਥੇ ਨੀਲੀ ਦੀਆਂ ਕੱਟੀਆਂ, ਹੁਣ ਸਾਰੀਆਂ ਨੀਲੀ ਦੀਆਂ ਕੱਟੀਆਂ ਹੈ ਨਾ। ਅਤੇ ਇਹ ਇਹ ਕਿਹੜੇ ਦੀ ਆ ਗਈ ਸਾਂਝ ਦੀ? ਇਹ ਹੈਗੀ ਨੋਵਾ ਦੀ, ਇਹ ਨੋਵਾ 4400। ਅਤੇ ਮਾਂ ਕਿਹੜੀ ਆ? ਬੱਲੂ 2 ਵਾਲੀ ਜਿਹੜੀ ਉੱਧਰ ਖੜੀ ਸੀਗੀ, ਟੁੱਡੀ ਵਾਲੀ ਮੱਝ ਦੇ ਵਿੱਚੋਂ ਆ ਗਈ। ਠੀਕ ਹੈ, ਚੰਗੀ ਲਾਈਨ ਦੇ ਵਿੱਚੋਂ ਹੈ ਨਾ। ਅਤੇ ਉਦੋਂ ਬਾਅਦ ਆਹ ਕੱਟੀ ਕਿਹੜੇ ਦੀ ਆ? ਇਹ ਬਈ ਨਿਰਮਾ ਬੁੱਲ ਦੀ ਆ, ਇਹ ਨਾਗ ਦੀ ਕੱਟੀ ਆ, ਇਸੇ ਝੋਟੀ ਦੀ ਆ ਉਹ। ਅੱਛਾ, ਇਹ ਹੁਣ ਦੂਜਾ ਸੂਆ ਨੂੰ ਤਿਆਰ ਆ, ਤਕਰੀਬਨ 1.5 ਮਹੀਨਾ ਦੇ ਕਰੀਬ ਦਾ ਰਹਿ ਗਿਆ ਹੁਣ, ਇਹ ਵੀ ਆਪਾਂ ਸੇਲ ਕਰਾਂਗੇ। ਓਕੇ ਜੀ। ਬਾਕੀ ਇਹ ਵੀ ਚੰਗਾ ਦੁੱਧ ਦੇਣ ਦੀ ਆਸ ਹੈਗੀ ਹੈ ਨਾ। ਸਾਰੇ ਭਰਾਵਾਂ ਨੂੰ ਤਾਂ ਧਿਆਨ ਨਾਲ ਦੇਖੋ, ਮੋਦੀ ਦੀ ਗੱਟੀ, ਮੋਦੀ ਬੁੱਲ ਦੀ ਗੱਟੀ, ਤਕਰੀਬਨ 6 ਮਹੀਨੇ ਦੀ ਉਮਰ ਹੋ ਗਈ, 6-6.5 ਮਹੀਨੇ ਉਮਰ ਹੋ ਗਈ। ਤਾਂ ਤੁਸੀਂ ਜਿਹੜਾ ਇਹਦਾ ਕੱਦ ਹੈ ਤਾਂ ਤੁਸੀਂ ਦੇਖ ਸਕਦੇ ਆ,
ये बड़ी ठंडे सुभा दी ते बड़ा कद देखो एक आपां जिवें मोदी नहीं आपां तैयार होया सी आपां कह सकते हां भी इह कट्टी ने भी आपदे प्यो दा नाम भी ते आपदे मालक दा नाम भी इन्हें बनाउणा वीरे ते आउण वाले टाइमां दे विच इन्हें मेले ते इह धक्का तां नहीं करदी वाला इहनूं खोल फिर इहनूं माड़ा खोल के बनाउणा इहदा दे देणा गेड़ा गूड़ा कद देखो एक होर भी चक्कर है ऐ ना कह दो भी बंदे दे कोले लक ते आउंदी रही आ ते अरसी बार कहिंदा 7 फुट दे करीब कद है जी इह भी चीज़ देखण वाली बहुत वड्डी आ ते भजली होए जाई हरिंदर होए दुद्ध नूं पैंदी आ देखो जी आपदी मां कोले खड़ी है दी मां पूरे फुल वड्डे कद च है जिवें जवराज वर्गां दीआं झोटकां दे कद जां दे मां कोले कोई लगन दे नेड़े कुछ नहीं जिवें जवराज वालीआं कट्टियां दे कद ना सारिआं नूं वड्डियां मझां हुंदीआं जवराज दीआं जोगराज दीआं कद ते उस हिसाब नाल तुसीं कद देखो अच्छा यही चुंकदी आपदी मां नूं ते भाई ऐं देखो 6-6.5 महीने की कट्टी ते आपदी मां नूं अद्ध तों क्रॉस कर गई एक साल दी आपदी मां नूं छड्ड जू मेरे हिसाब दे नाल आपदी मां जिन्नी हाइट हो जू आ लंबाई बहुत ज्यादा आ चीज देखो एक नोट करने वाली हाँ ऐ खड़ाई अरसी आई बिल्कुल सही बिल्कुल खड़नी देखो जी नाले हजे कोई आप लत्तां नहीं जोड़ियां कुछ होर नहीं मग रही लत्तां प्रोपर कद देखो कद माड़ी धौण चका के देख मूहरों चल बन ला अरसी कोई ना धक्का कर दी है ये लक्ष्मी डेयरी फार्म जिहड़ा मोदी वाला ना आल इंडिया चैंपियन बनिया सीगा उहदी कट्टी है जी ये इहनूं कहिंदे आ फिर पैर तां नहीं लगन दिंदियां बई ये फिर खराक ही वी ना अंदर बहुत ज़्यादा सोहना कद ते बहुत ज़्यादा चंगी हैड लेंथ की कट्टी बनूगी बहुत तगड़िया झोटिया के खड़नी है तकरीबनी ये तो जे मान लो कुदरती आती यह उदू जो मेले होने उदू उम्र वड्डी हो जाती है चल तो नहीं जिमें हूँ 6-6.5 महीनों की है तो जोड़ा मुकाबला हों 6 महीने कट्टिया तक ठीक है जी तो ये नहीं किसी को खड़न दी हैड लेंथ प्रोपर तो तुम ए देख लो भी एक चीज़ आदि मैं आपके शरीर की सीधे ऐ हथ करदा लै देखो मेरी कस तक आँदी है तुम कद वास्ते दिखाया भी मेरी कितों तक आँदी है कट्टी ये सीगा जी बिरक दा फार्म बाकी सारे इन्हां दे टोटल छोटे तो वड्डे जानवर सानू देखने मिले आ जी तो दो कट्टियां इन्हां दे विचों सेलते सीगियां तकरीबन नंबर बिरक दा सानू पता वीडियो दे विच आपां बोलता ठीक है गौर नाल सुनियो सारी वीडियो तो नंबर सानू मिलेगा बिच तो एंड ते एक बार होर बोल दें ये कट्टी खड़ी है नाग की तो इधर पास आह सॉरी कोहे नूर की तो एक दूजे पासे नाग की खड़ी सी ठीक है जी ठीक है तो ये कट्टियां सेल करन दा विचार हैगा तो हरिंदर दे नाल हरिंदर एक बार नंबर दे बारे दस दे 98-766-0-46 ये नंबर है जी हरिंदर का तो तुसीं हरिंदर नाल गल कर सकते हैं आदे सारी मतलब ऐ बहुत वधिया सैट है मच्छर तो बचाउण वास्ते सारे दे तकरीबनी मच्छरदानियां लगियां हुई सारिया इधरों बाहरों अंदरों सारा ऐ मतलब बंद है मतलब ना मक्खी ना मच्छर वधिया ऐ सारिया फ्रैश होकर खड़ दियाँ आ भी सैटम ठीक है जो कख पाउणा बचाल दी बंदा ना कहिंदा इधर सैट दो ज़्यादातर ये सैल जी वरतदे आ देखो तो तुम मेरे हिसाब से तूड़ी भी नहीं पाते सैल चिक पाने निरा सैल जी वरतदे ठीक है जी तो बाकी बिरक ये जिम्मे हम कट्टिया जी खुराक पाने उन्होंने की पाने तुम एक्ट्रा दाना दप्पा कले सैलज दे इन्हों दाना बिल्कुल नहीं देंगे कट्टा जमी अच्छा भी वैसे भी कख जो चल खा ली भी थोड़ा बहुत भुगत ठीक है जी तो ही कहते इस चक्करी है भी जिम्मे सैलज सैलज नाल जो फीड का खर्चा है वह खत्म होंगे खत्म किमें होंगे मैं तुम्हें दसा भी मैं दुध वाले तो मैदा नहीं वरतदा ठीक है ये वरतते हैं चलो पता होंगे इन्होंने दुध मतलब इन्होंने घर ही वरतना होंगे आपका दुध पाँदे नहीं आपको चलो डेयरी धंधे के भी जाना पैदा तो उस हिसाब ना है ना आप कहने भी चार भारा चलो दाना घटा देंगे इन्होंने भी लीटर दो लीटर घट दे दू भी नहीं कोई चक्कर तो बाकी जीडिया कट्टिया सब तो ज्यादा जोड़ा चार है बेहतर इस ही बनना जीडिया कट्टिया खुला चार झोटिया खुला चार मिलना तो ये दाना इन्हों पूरा वधिया मिलता रहा सारे तकरीबन जो वधिया दाने के उत्ते पशु चंगा बनना
ਤੇ ਬਾਕੀ ਢੁੱਡੀ ਗੱਲ ਦੀ ਤੁਸੀਂ ਬੋਡੀ ਤੁਸੀਂ ਦੇਖ ਹੀ ਸਕਦੇ ਆ, ਮੂਹਰੇ ਬਾਹੂ ਇਹਦਾ ਉਹ ਵੀ ਤੁਸੀਂ ਦੇਖ ਸਕਦੇ ਆ ਨਾ, ਤੇ ਸਿੰਘ ਤੇ ਜ਼ਰੂਰ ਵੱਡੇ ਆ ਪਰ ਦੁੱਧ ਲੈਣ ਵਾਲੀ ਮੰਨਿਆ ਗਿਆ ਸਭ ਤੋਂ ਜ਼ਿਆਦਾ ਵਧੀਆ ਛਾਣ ਮੰਨਿਆ ਗਿਆ ਸੀ ਢੁੱਡੀ ਗੱਲ ਨੀਲੀ ਰਾਵੀ ਦੇ ਵਿੱਚ। ਬਸ ਇੱਕ ਹੀ ਉਹਦੇ 'ਚ ਗੁਣ ਸੀਗਾ, ਸਭ ਤੋਂ ਜ਼ਿਆਦਾ ਦੁੱਧ ਦਿੰਦਾ ਸੀਗਾ, ਕਮੀ ਸੀਗੀ ਸਿੰਘ ਥੋੜ੍ਹੇ ਜਿਹੇ ਵੱਡੇ ਪਾਉਂਦਾ ਸੀਗਾ। ਉਵੇਂ ਦਾ ਸਾਹ ਅੱਜ ਤੱਕ ਨਾ ਮੈਂ ਦੇਖਿਆ ਨਾ ਹੀ ਤਿਆਰ ਹੋਇਆ ਉਵੇਂ ਦਾ ਹੋਰ ਕੋਈ ਸਾਹ, ਅੱਛਾ ਚੰਗੇ ਦੁੱਧ ਰਿਕਾਰਡ ਦਾ ਠੀਕ ਹੈ ਨਾ ਹੀ ਉਹਦੇ ਉਹਦਾ ਮੁਕਾਬਲਾ ਕਿਸੇ ਸਾਹ ਨੇ ਕਰਨਾ। ਅੱਛਾ ਜਿੰਨਾ ਚੰਗਾ ਉਹ ਸਾਹ ਸੀਗਾ। ਮੋਦੀ ਵਾਲੀ ਕੱਟੀ ਖੜੀ ਵੱਖਰੀ ਅੱਡ ਪਹਿਚਾਣ ਆ ਉਹਦੀ ਵੀ ਹੈ ਨਾ। ਅਗਲੇ ਸਾਲ ਤੱਕ ਖੀਰਿਆਂ 'ਚ ਪੜਾਕੇ ਪਾਉਣੇ ਜੀ, ਅਗਲੇ ਸਾਲ ਦੇ ਮੇਲਿਆਂ 'ਤੇ ਹੋਣੇ। ਠੀਕ ਆ ਜੀ ਬਾਈ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।